ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਫਿਰ ਜੁੜੇ ਹਾਂ, ਜਸਟ ਗੱਲ ਸ਼ੇਅਰ ਕਰ ਰਹੀ ਹਾਂ ਕਿ ਵੀਕਐਂਡ ਦੇ ਉੱਤੇ ਮੁਲਾਕਾਤ ਹੋਈ ਕੁਛ ਮਿਡ ਹਡਸਨ ਗੁਰਦੁਆਰੇ ਸਾਹਿਬ ਦੇ ਵਿੱਚ ਬਹੁਤ ਸਾਰੇ ਲੇਡੀਜ਼, ਖਾਸ ਤੌਰ 'ਤੇ ਲੇਡੀਜ਼ ਮਿਲੀਆਂ, ਜਿਹੜਾ ਕਿ ਵਿਊਅਰਸ ਹੈਗੇ ਆ ਸਾਡੇ, ਗੱਲਾਂ ਨਹੀਂ ਕੀਤੀਆਂ ਹੋਈਆਂ ਉਹਨਾਂ ਨਾਲ, ਪਰ ਬਹੁਤ ਸਾਰੇ ਸੀ ਜਿਹੜੇ ਕਹਿੰਦੇ ਪ੍ਰੋਗਰਾਮ ਮਿਸ ਨਹੀਂ ਕਰਦੇ। ਸੋ ਬਹੁਤ ਹੀ ਅੱਛਾ ਲੱਗਿਆ। ਮੈਂ ਫੇਸਬੁੱਕ ਪੇਜ 'ਤੇ ਉਹਨਾਂ ਦੀ ਫੋਟੋ ਵੀ ਪਾਈ ਹੈ, ਦਵਿੰਦਰ ਭੱਟੀ ਜੀ ਨੇ ਖਿੱਚੀਆਂ ਸੀ, ਭੇਜੀਆਂ ਮੈਨੂੰ, ਹਰਿੰਦਰ ਗਰੇਵਾਲ ਜੀ ਉਹਨਾਂ ਨੇ ਵੀ ਖਿੱਚੀਆਂ, ਐਂਡ ਸਾਰੇ, ਸ਼ਾਇਦ ਮੈਨੂੰ ਹੋਰ ਨਾਮ ਨਹੀਂ ਪਤਾ, ਪਰ ਇੱਕ ਇੱਕ ਤੋਂ ਇੰਨਾ ਪਿਆਰ, ਇੰਨਾ ਆਪਣਾਪਨ ਮਹਿਸੂਸ ਹੋਇਆ ਕਿ ਆਈ ਵਾਜ਼ ਲਾਈਕ ਰੀਅਲੀ ਓਵਰਵੈਲਮਡ ਕਿ ਸਾਰੇ ਤੁਸੀਂ ਜਿਹੜਾ ਜੁੜਦੇ ਹੋ ਇਸ ਘੰਟੇ ਦੇ ਵਿੱਚ, ਉਹ ਇੱਕ ਫੀਡਬੈਕ ਮਿਲਣੀ ਮੈਨੂੰ ਬੜੀ ਜ਼ਰੂਰੀ ਹੈ ਕਿ ਮੈਂ ਇੱਥੇ ਬੈਠਦੀ ਹਾਂ। ਮੈਂ ਅਕਸਰ ਇਹ ਕਿਹਾ ਕਿ ਇਹ ਮੌਕਾ, ਮੈਂ ਬਹੁਤ ਗ੍ਰੇਟਫੁਲ ਹਾਂ ਵਾਹਿਗੁਰੂ ਦੀ ਕਿ ਮੈਂ ਇੱਥੇ ਬੈਠੀ ਹਾਂ ਔਰ ਤੁਸੀਂ ਸਾਰੇ ਮੇਰੇ ਨਾਲ ਬੈਠੇ ਹੋਏ ਹੋ, ਪਰ ਮੈਂ ਤੁਹਾਨੂੰ ਦੇਖ ਨਹੀਂ ਸਕਦੀ, ਤੁਸੀਂ ਮੈਨੂੰ ਦੇਖਦੇ ਹੋ। ਪਰ ਇਸ ਘੰਟੇ ਦੇ ਵਿੱਚ ਜੁੜਨ ਵਾਸਤੇ ਆਈ ਐਮ ਸੋ ਗ੍ਰੇਟਫੁਲ ਟੂ ਯੂ, ਕਿਉਂਕਿ ਅਸੀਂ ਇਸ ਘੰਟੇ ਦੇ ਵਿੱਚ ਸਾਰਿਆਂ ਨੇ ਇੱਕ ਸੋਚ ਕੇ ਅਸੀਂ ਇੱਕ ਘੰਟਾ ਰੱਖਿਆ ਹੋਇਆ ਆਪਣੀ ਜ਼ਿੰਦਗੀ ਦਾ ਕਿ ਕੋਈ ਕਿਸੇ ਨੂੰ ਅਪਲਿਫਟ ਕਰਨਾ, ਕੌਨਸ਼ੀਅਸਨੈਸ ਜਿਹੜੀ ਗਰੁੱਪ ਇੱਕ ਸਮੂਹ ਪੂਰੀ ਜਿਹੜੀ ਗਰੁੱਪ ਕੌਨਸ਼ੀਅਸਨੈਸ ਹੈ ਕਿ ਉਸ ਤੋਂ ਤਾਂ ਉੱਪਰ ਉੱਚ ਕੌਨਸ਼ੀਅਸਨੈਸ ਨੂੰ ਉੱਚਾ ਕਰਨਾ ਹੀ ਹੈ ਕਿ ਬਈ ਨਿੱਕੀਆਂ ਗੱਲਾਂ ਤੋਂ ਛੋੜੀਏ, ਵੱਡੀਆਂ ਗੱਲਾਂ ਦੇ ਵਿੱਚ ਤਾਂ ਹੀ ਕਰਾਂਗੇ। ਜਦੋਂ ਨਿੱਕੀ ਨਿੱਕੀਆਂ 'ਚ ਪਏ ਰਹਿੰਦੇ ਹਾਂ ਨਾ, ਐਨਰਜੀ ਵੇਸਟ ਕਰ ਰਹੇ ਹੁੰਦੇ ਹਾਂ, ਫਿਰ ਅਸੀਂ ਨਹੀਂ ਪਤਾ ਲੱਗਦਾ ਕਿ ਅਸੀਂ ਕੋਈ ਖਾਸ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਉਹ ਬਿਲਕੁਲ ਅਸੀਂ ਇਗਨੋਰ ਕਰ ਦਿੰਦੇ ਹਾਂ। ਸੋ ਇਹ ਸਾਰੀਆਂ, ਬਟ ਇੰਡੀਵਿਜੁਅਲ ਲੈਵਲ 'ਤੇ ਵੀ ਮੇਰੀ ਬੜੀ ਅਪਲਿਫਟਮੈਂਟ ਹੋਈ ਉਸ ਦਿਨ ਮਿਲ ਕੇ ਸਾਰੀਆਂ, ਇੰਜ ਲੱਗ ਰਿਹਾ ਅਸੀਂ ਸਹੇਲੀਆਂ ਹਾਂ ਸਾਰੀਆਂ ਸਾਡੀਆਂ, ਮਤਲਬ ਭਾਵੇਂ ਮੈਨੂੰ ਨਹੀਂ ਜਾਣਦੀਆਂ ਪਰਸਨਲੀ, ਬਟ ਮਿਲ ਕੇ ਨਹੀਂ ਲੱਗਿਆ ਕਿ ਨਹੀਂ ਜਾਣਦੇ, ਲੱਗਿਆ ਕਿ ਬਿਲਕੁਲ ਸਾਰਿਆਂ ਨੂੰ ਮਿਲੇ ਹੋਏ ਹਾਂ, ਜਾਣਦੇ ਹਾਂ, ਸੋ ਬਹੁਤ ਅੱਛਾ ਲੱਗਿਆ। ਥੈਂਕ ਯੂ ਸੋ ਮੱਚ ਫੋਰ ਸੋ ਮੱਚ ਲਵ। ਅੱਜ ਜਿਹੜਾ ਸਾਡੇ ਕੋਲ ਕੇਸ ਆਇਆ ਹੋਇਆ, ਉਹਦੇ ਵਿੱਚੋਂ ਵੀ ਲੱਗਦਾ ਕਿ ਸਾਡੇ ਨਾਲ ਜੁੜੇ ਹੋਏ ਬਹੁਤ ਨੇ ਔਰ ਕਾਲ ਨਹੀਂ ਕਰਦੇ। ਅਸੀਂ ਉਹ ਹੀ ਜਿਹੜੇ ਥੋੜ੍ਹੇ ਜਿਹੇ ਕਾਲ ਕਰਦੇ ਹਾਂ, ਉਹਨਾਂ ਨਾਲ ਅਸੀਂ ਸੋਚਦੇ ਹਾਂ ਕਿ ਸ਼ਾਇਦ ਅਸੀਂ ਗਰੁੱਪ 'ਚ ਬੈਠੇ ਹਾਂ, ਪਰ ਇੱਕ ਤਾਂਘ ਜ਼ਰੂਰ ਰਹਿੰਦੀ ਹੈ ਕਿ ਪਤਾ ਲੱਗੇ ਹੋਰ ਕੌਣ ਕੌਣ ਜੁੜੇ ਹੋਏ ਨੇ, ਉਹਨਾਂ ਦੀ ਜ਼ਿੰਦਗੀਆਂ 'ਚ ਕੀ ਚੱਲ ਰਿਹਾ। ਇੱਕ ਅਰਦਾਸ ਰਹਿੰਦੀ ਹੈ ਕਿ ਜੋ ਵੀ ਸਾਰੇ ਗੱਲਬਾਤ ਦੇ ਵਿਊਅਰਸ ਹੈ, ਜਸ ਪੰਜਾਬੀ ਦੇ ਵਿਊਅਰਸ ਹੈ, ਸਾਰੇ ਸੰਸਾਰ ਵਿੱਚ ਖੁਸ਼ ਰਹਿਣ। ਇੱਕ ਪਰਪਸ, ਜਿਸ ਤਰ੍ਹਾਂ ਅਸੀਂ ਪਿੱਛੇ ਤੋਂ ਕੁਛ ਦੇਰ ਤੋਂ ਗੱਲ ਕਰ ਰਹੇ ਸੀ ਕਿ ਪਰਪਸ ਆਪਣਾ ਲੱਗੇ ਉਹਨਾਂ ਨੂੰ ਕਿ ਹਾਂ ਸਾਡਾ ਪਰਪਸ ਫੁਲਫਿਲ ਹੋ ਰਿਹਾ, ਅਸੀਂ ਖੁਸ਼ ਵੀ ਹੈਗੇ ਹਾਂ ਇੰਡੀਵਿਜੁਅਲ ਲੈਵਲ 'ਤੇ ਵੀ, ਔਰ ਕੋਈ ਨਾ ਕੋਈ ਸਾਡਾ ਜਿਹੜਾ ਜੀਵਨ ਦਾ ਪਰਪਸ ਹੈ ਉਹ ਫੁਲਫਿਲ ਹੋ ਰਿਹਾ, ਉਸ ਰਾਹ 'ਤੇ ਅਸੀਂ ਚੱਲ ਜ਼ਰੂਰ ਰਹੇ ਹਾਂ। ਸੋ ਅੱਜ ਦਾ ਜਿਹੜਾ, ਜਿਨ੍ਹਾਂ ਨੇ ਸਾਨੂੰ ਕਾਲ ਕੀਤੀ, ਐਂਡ ਪਹਿਲੇ ਈਮੇਲਸ ਦੇ ਰਾਹੀਂ ਥੋੜ੍ਹੀ ਦੇਰ ਗੱਲ ਹੁੰਦੀ ਰਹੀ, ਬੜੀ ਕਲੀਅਰਲੀ ਉਹਨਾਂ ਨੇ ਕਿਹਾ, ਯੂਜਲੀ ਅਸੀਂ ਆਈਡੈਂਟੀਫਾਈ ਨਾ ਹੋ ਜਾਏ ਇਹ ਸਾਰਾ ਕੁਛ ਨਹੀਂ ਕਰਦੇ ਤਾਂ ਕਿ ਤੁਹਾਨੂੰ ਇੱਕ ਦੂਜੇ ਤੋਂ ਕਮਿਊਨਿਟੀ ਤੋਂ ਨਾ ਪਤਾ ਲੱਗੇ। ਉਹਨਾਂ ਨੇ ਖਾਸ ਤੌਰ 'ਤੇ ਕਿਹਾ ਕਿ ਇਹ ਸ਼ੇਅਰ ਕਰਨਾ, ਇਹ ਸਿੰਧੀ ਫੈਮਲੀ ਹੈ ਔਰ ਪਾਕਿਸਤਾਨ ਤੋਂ ਪਹਿਲੇ ਸੀਗੇ, ਕਾਫੀ ਦੇਰ ਤੋਂ ਹੁਣ ਇੱਥੇ ਹੀ ਨੇ। ਕੋਈ ਜਿਹੜਾ ਉਹ ਸਿਬਲਿੰਗਸ ਵੀਜ਼ਾ ਹੁੰਦਾ ਉਹਦੇ ਵਿੱਚ, ਜਿਸ ਜਿਹੜਾ ਮੁੰਡਾ ਸਾਨੂੰ ਲਿਖ ਰਿਹਾ ਔਰ ਜਿਹਨੇ ਸਾਨੂੰ ਖਾਸ ਤੌਰ 'ਤੇ ਗੱਲ ਕੀਤੀ ਹੈ, ਉਹ ਸ਼ੇਅਰ ਕਰ ਰਿਹਾ ਕਿ ਉਹਦੇ ਪੇਰੈਂਟਸ ਇੱਥੇ ਆਏ ਸੀ ਔਰ ਇਹ ਮੁੰਡਾ ਤਾਂ ਸਕੂਲ 'ਚ ਹੁੰਦਾ ਸੀ, ਉਹਦੀ ਮਦਰ ਦੇ ਜਿਹੜੇ ਬ੍ਰਦਰਸ ਵਗੈਰਾ ਉਹ ਇੱਥੇ ਸੈਟਲਡ ਸੀ, ਤਾਂ ਦੈਟਸ ਹਾਊ ਦੇ ਗੋਟ ਦ ਵੀਜ਼ਾ। ਕਹਿੰਦਾ ਸਕੂਲ ਦਾ, ਹਾਈ ਸਕੂਲ ਦੇ ਵਿੱਚ ਹੀ ਸੀ ਜਦੋਂ ਇਹਦੇ ਫਾਦਰ ਦੀ ਡੈਥ ਹੋ ਗਈ, ਇੱਕ ਭੈਣ ਭਰਾ ਨੇ ਸਿਰਫ। ਸੋ ਹਾਈ ਸਕੂਲ ਤੋਂ ਬਾਅਦ ਸਿੱਧਾ ਹੀ ਕਹਿੰਦਾ ਮੈਂ ਜੋਬ ਕਰਦਾ ਰਿਹਾ, ਨਾਲ ਕਾਲਜ ਕੀਤਾ। ਸੋ ਬਹੁਤ ਅੱਛਾ ਸਭ ਚੱਲ ਰਿਹਾ, ਮਦਰ ਨੇ ਬੜੀ ਬੜਾ ਮਤਲਬ ਇੱਕ ਤਰ੍ਹਾਂ ਸਟਰੋਂਗ ਸਟੈਪ ਲਿਆ, ਉਹਨਾਂ ਨੇ ਉਸ ਪਹਿਲੇ ਕਦੀ ਜੋਬ ਨਹੀਂ ਕੀਤੀ ਸੀ, ਉਹਨਾਂ ਨੇ ਵੀ ਜੋਬ ਕੀਤੀ ਉਸ ਵੇਲੇ, ਐਂਡ ਸਿੰਗਲ ਉਹਦੇ ਨਾਲ ਸਾਨੂੰ ਪਾਲਿਆ ਉਹਨਾਂ ਨੇ, ਐਂਡ ਨਾਲ ਤਾਰੀਫ ਕਰ ਰਹੇ ਸੀ ਬਹੁਤ ਕਿ ਬੜੀ ਸਟਰੋਂਗ ਲੇਡੀ ਹੈ ਮੇਰੇ ਮਦਰ, ਕਿਉਂਕਿ ਜਿਸ ਫੈਮਲੀ 'ਚੋਂ, ਜਿਸ ਕਲਚਰ 'ਚੋਂ ਆਏ ਸੀ ਕਿ ਕਦੀ ਕੋਈ ਜੋਬ ਨਹੀਂ ਕੀਤੀ, ਘਰ 'ਚ ਹੀ ਰਹੇ ਹਮੇਸ਼ਾ, ਔਰ ਫਿਰ ਇੱਥੇ ਆ ਕੇ ਜਦੋਂ ਲੋੜ ਪਈ ਤਾਂ ਜੋਬ ਵੀ ਕੀਤੀ ਬੱਚਿਆਂ ਨੂੰ, ਐਂਡ ਬੜੇ ਐਡਜਸਟਿੰਗ ਨੇ ਕਿ ਬਈ ਕੁਛ ਵੀ ਚੇਂਜਸ ਨਾਲ, ਜਾਂ ਜੋ ਅਸੀਂ ਕਹਿੰਦੇ ਹਾਂ ਸੁਣਦੇ ਹਾਂ, ਸਾਡੀ ਅੱਛੀ ਕਮਿਊਨੀਕੇਸ਼ਨ ਹੈ। ਬਟ ਉਂਝ
ਇੱਕ ਤਰ੍ਹਾਂ ਨਾਲ ਸਾਨੂੰ ਰਿਮਾਈਂਡ ਕਰਾ ਰਹੇ ਹੈ, ਦੱਸ ਰਹੇ ਹੈ, ਯੂ ਨੋ ਇਹਨਾਂ ਵੇ ਇਨਫੋਰਮ ਕਰ ਰਹੇ ਸੀ ਕਿ ਕਲਚਰ ਕਹਿੰਦੇ ਨੇ ਸਾਡਾ ਸਿੰਧੀਜ਼ ਦਾ ਨਾ ਬਹੁਤ ਜ਼ਿਆਦਾ ਕੰਜ਼ਰਵੇਟਿਵ ਨਹੀਂ ਹੈ, ਅਸੀਂ ਜ਼ਿਆਦਾ ਓਪਨ ਹਾਂ ਸਾਡੀ ਫੈਮਲੀਜ਼ ਦੇ ਵਿੱਚ, ਅਸੀਂ ਆਪਣੇ ਮਾਂ ਪਿਓ ਨਾਲ ਪੂਰੀ ਖੁੱਲ੍ਹ ਕੇ ਹਰ ਚੀਜ਼ ਦੇ ਬਾਰੇ ਗੱਲ ਕਰਦੇ ਹਾਂ, ਜਿਵੇਂ ਕਿ ਸ਼ਾਇਦ ਪਾਕਿਸਤਾਨ ਦੇ ਹੋਰ ਫੈਮਲੀਜ਼ ਦੇ ਵਿੱਚ ਵਿਆਹ ਦੇ ਬਾਰੇ ਪੁੱਛਿਆ ਨਾ ਜਾਂਦਾ ਹੋਏ ਯਾਰ ਬਰਾਦਰੀ ਤੋਂ ਇੱਧਰ ਉੱਧਰ, ਸਾਨੂੰ ਬੜਾ ਖੁੱਲ੍ਹਾ, ਜਦੋਂ ਦੇ ਅਸੀਂ ਵੱਡੇ ਹੋਏ ਹਾਂ ਸਾਨੂੰ ਸਾਡੇ ਅੰਕਲਸ ਨੇ, ਮਾਮਿਆਂ ਨੇ, ਮਦਰ ਨੇ ਬੜਾ ਖੁੱਲ੍ਹ ਕੇ ਪੁੱਛਿਆ ਵੀ ਤੁਸੀਂ ਜਿਹਦੇ ਨਾਲ ਵਿਆਹ ਕਰਾਉਣਾ ਮੈਨੂੰ ਦੱਸ ਦੇਣਾ, ਔਰ ਜਲਦੀ ਕੋਈ ਨਹੀਂ ਹੈ, ਸੋ ਕਿਸੇ ਨੂੰ ਕੋਈ ਜਲਦੀ ਨਹੀਂ ਹੈ, ਯੂ ਨੋ ਕਹਿੰਦੇ, ਪਰ ਅਸੀਂ ਬਹੁਤ ਧਿਆਨ ਨਾਲ ਤੁਹਾਡਾ ਪ੍ਰੋਗਰਾਮ ਦੇਖਦੇ ਹਾਂ ਕਿਉਂਕਿ ਸਾਨੂੰ ਇੰਝ ਲੱਗਦਾ ਅਸੀਂ ਵਤਨ ਨਾਲ ਜੁੜ ਗਏ ਹਾਂ ਜਦੋਂ ਤੁਹਾਡੀ ਗੱਲਾਂ ਸੁਣਦੇ ਹਾਂ, ਕਿਉਂਕਿ ਸਾਡਾ ਸਾਰਿਆਂ ਦਾ ਕਲਚਰ ਮੋਰ ਔਰ ਲੈਸ ਸੇਮ ਹੈ, ਸੋ ਗੱਲਾਂ ਉੱਥੇ ਹੀ ਘੁੰਮ ਫਿਰ ਕੇ ਉੱਥੇ ਹੀ ਸਾਡੇ ਘਰਾਂ ਦੇ ਵਿੱਚੋਂ ਹੁੰਦੀਆਂ, ਸੋ ਇਹ ਤਾਂ ਹੋਈ ਗੱਲ ਉਹਨਾਂ ਨੇ ਜਿਹੜੀ ਕਿ ਪਿਆਰ ਅਤੇ ਯੂ ਨੋ ਸਾਰਿਆਂ ਦਾ ਦੱਸਿਆ ਕਿ ਅਸੀਂ ਇੱਕਦਮ ਇੱਕ ਪਾਰਟ ਆਫ ਦਿਸ ਫੈਮਿਲੀ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ, ਕਾਲ ਨਹੀਂ ਕਰਦੇ, ਔਰ ਕਹਿੰਦੇ ਨੇ ਕਿ ਮਦਰ ਹਮੇਸ਼ਾ, ਕਦੀ ਵੀ ਨਹੀਂ ਹੋਇਆ ਕਿ ਉਹਨਾਂ ਨੇ ਮਿਸ ਕੀਤਾ ਹੋਇਆ, ਪਰ ਰਿਕਾਰਡਡ ਸ਼ੋਅ ਦੇਖਦੇ ਹੈ। ਅੱਜ ਜਿਹੜੀ ਗੱਲ ਸ਼ੇਅਰ ਕਰ ਰਿਹਾ ਮੁੰਡਾ, ਉਹ ਕਹਿੰਦਾ ਕਿ ਮੈਂ ਜੋਬ ਵੀ ਕਰਦਾ ਅਤੇ ਮੈਂ ਆਪਣੀ ਬਿਜ਼ਨਸ ਦੇ ਵੀ ਮੇਰੇ ਬੜੇ ਆਈਡੀਆਜ਼ ਪਲਾਨਸ ਹੈਗੇ ਹੈ ਕਿ ਮੈਂ ਕਰਾਂ, ਹੁਣ ਉਹ ਗ੍ਰੈਜੂਏਸ਼ਨ ਕਰ ਚੁੱਕਾ, ਸਿਸਟਰ ਦਾ ਵਿਆਹ ਹੋ ਚੁੱਕਾ ਹੈ, ਹੁਣੇ ਹੀ ਹੋਇਆ, ਪਰ ਕਹਿੰਦਾ ਮੈਂ ਜਦੋਂ ਦੀ ਸਿਸਟਰ ਦਾ ਵਿਆਹ ਨਹੀਂ ਵੀ ਹੋਇਆ ਸੀ, ਮੈਂ ਪਹਿਲੇ ਤੋਂ ਨਾ ਸਾਡੀ ਕੁਛ ਪ੍ਰੋਪਰਟੀ ਹੈਗੀ ਹੈ, ਪਿੱਛੇ ਵੀ ਹੈਗੀ ਹੈ ਥੋੜ੍ਹੀ, ਔਰ ਬੈਂਕ ਵਿੱਚ ਜਿਹੜੇ ਪੈਸੇ ਅਸੀਂ ਹੈ, ਮੈਂ ਆਪਣੀ ਮਦਰ ਨੂੰ ਬੜੀ ਖੁੱਲ੍ਹੇ ਹੋ ਕੇ ਕਿਹਾ ਕਿ ਤੁਸੀਂ ਜੋ ਵੀ ਸਾਡਾ ਮਨੀ ਹੈਗੀ ਹੈ ਉਹਨੂੰ ਇਕੁਅਲੀ ਮੈਨੂੰ ਅਤੇ ਮੇਰੀ ਭੈਣ ਨੂੰ ਨਾ ਵੰਡ ਦਿਓ, ਅਤੇ ਕਈ ਵਾਰੀ ਉਹ ਕਹਿੰਦੇ ਨਹੀਂ ਇਕੁਅਲੀ ਨਹੀਂ, ਤੇਰਾ ਵੀ ਹੱਥ ਹੈ ਉਹਦੇ 'ਚ, ਤੂੰ ਵੀ ਕਮਾਇਆ, ਤੂੰ ਵੀ ਇਸ ਘਰ 'ਚ ਪਾਇਆ, ਸੋ ਵਟ ਐਵਰ, ਬਟ ਹੀ ਸੇਜ਼ ਕਿ ਮੇਰਾ ਮਤਲਬ ਕਹਿੰਦਾ ਹੈ ਕਿ ਮੈਂ ਆਪਣੀ ਮਦਰ ਨੂੰ ਇਨਸਿਸਟ ਕਰਦਾ ਕਿ ਜੋ ਤੁਸੀਂ ਭੈਣ ਨੂੰ ਦੇਣਾ ਹੈ, ਜੋ ਮੈਨੂੰ ਦੇਣਾ, ਮੈਨੂੰ ਦੱਸ ਦਿਓ ਕਿ ਮੇਰੇ ਕੋਲ ਕਿੰਨਾ, ਔਰ ਤਾਂ ਕਿ ਮੈਨੂੰ ਪਤਾ ਹੋਏ ਕਿ ਮੈਂ ਕਿੱਥੇ ਲਗਾ ਸਕਦਾ, ਮੇਰਾ ਕਿੰਨਾ ਹੈ, ਅਤੇ ਮੈਂ ਉਹਨੂੰ ਆਪਣੇ ਹਿਸਾਬ ਨਾਲ ਕਿੰਨਾ ਲਗਾਵਾਂ, ਅਤੇ ਕਿੰਨਾ ਮੈਂ ਰਿਸਕ ਟੇਕਿੰਗ ਆਪਣੇ ਹਿਸਾਬ ਨਾਲ ਕਰਾਂਗਾ, ਫਿਰ ਮੈਨੂੰ ਇਹ ਨਹੀਂ ਹੋਏਗਾ ਕਿ ਮੈਂ ਤੁਹਾਡੇ ਤੋਂ ਬੋਰੋ ਕਰਕੇ ਦੇ ਰਿਹਾ ਅਤੇ ਹੁਣ ਮੈਨੂੰ ਟੈਨਸ਼ਨ ਹੈ ਕਿ ਮੈਂ ਅਗਰ ਗੁਆਤਾ ਤਾਂ ਮੈਂ ਤੁਹਾਨੂੰ ਵਾਪਸ ਦੇਣਾ, ਸੋ ਮੈਨੂੰ ਪਤਾ ਹੋਏ ਕਿ ਮੇਰਾ ਪੈਸਾ ਕਿੰਨਾ, ਤਾਂ ਹੀ ਸ਼ਾਇਦ ਕਲਚਰ ਦੇ ਬਾਰੇ ਉਹ ਕਾਫੀ ਸਾਨੂੰ ਪਹਿਲੇ ਇਨਫੋਰਮ ਕਰਦੇ ਰਹੇ ਕਿ ਸਾਡਾ ਪੰਜਾਬੀ ਕਲਚਰ ਵਾਕਰ ਨਹੀਂ ਹੈ ਕਿ ਮੇਰੀ ਮਦਰ ਲੈ ਰਹੀ ਹੋਏ ਕਿ ਹਾਏ ਮੇਰੇ ਜੀਦੇ ਜੀ ਹੈ, ਪੈਸੇ ਮੰਗ ਰਿਹਾ ਜਾਂ ਕੁਛ ਹੈ, ਐਸਾ ਕੁਛ ਨਹੀਂ ਹੈ, ਪਰ ਕਹਿੰਦੇ ਕਿ ਮੇਰੀ ਮਦਰ ਦੱਸਦੀ ਨਹੀਂ ਪੂਰਾ, ਮਤਲਬ ਉਹ ਨਹੀਂ ਕਰ ਰਹੇ, ਔਰ ਇਹ ਵਾਕਈ ਸਾਰੇ ਪੰਜਾਬੀਆਂ ਦੇ ਵਿੱਚ ਜਾਂ ਸਾਰੇ ਸਾਡੇ ਏਸ਼ੀਅਨ ਕਲਚਰ, ਇੰਡੀਅਨ ਕਲਚਰ 'ਚ ਹੁੰਦਾ ਹੈ ਕਿ ਪੇਰੈਂਟਸ ਸਾਨੂੰ ਕਿੰਨਾ ਪੈਸਾ ਕੋਸ਼ਿਸ਼ ਕਰਕੇ, ਐਫਰਟ ਕਰਕੇ ਸਾਨੂੰ ਪ੍ਰੋਵਾਈਡ ਕਰਦੇ ਰਹਿੰਦੇ ਨੇ, ਪਰ ਉਹਨਾਂ ਦਾ ਸਵਾਲ ਖਾਸ ਤੌਰ 'ਤੇ ਇਹ ਹੈ ਕਿ ਕੀ ਦੱਸਦੇ ਨਹੀਂ ਹੈ, ਕਿਉਂ ਨਹੀਂ ਦੱਸਦੇ ਕਿ ਐਗਜੈਕਟਲੀ ਸਾਡੇ ਕੋਲ ਇੰਨਾ ਪੈਸਾ ਹੈ, ਔਰ ਯੂ ਨੋ ਇੱਥੋਂ ਅਸੀਂ ਖਰਚਾ ਕਰ ਰਹੇ ਹਾਂ, ਇੱਥੋਂ ਨਹੀਂ, ਛੁਪਾਉਂਦੇ ਕਿਉਂ ਹੈ ਪੇਰੈਂਟਸ, ਕੀ ਤੁਹਾਨੂੰ ਲੱਗਦਾ ਐਸਾ ਹੁੰਦਾ ਹੈ, ਅਗਰ ਹੁੰਦਾ ਹੈ ਤਾਂ ਕਿਉਂ ਹੁੰਦਾ, ਇਹ ਇਹਨਾਂ ਦਾ ਸਵਾਲ ਹੈ, ਕਿ ਬਾਕੀ ਪੇਰੈਂਟਸ ਵੀ ਕੀ ਇਹ ਚੀਜ਼ ਕਰਦੇ ਨੇ ਕਿ ਪੂਰੀ ਤਰ੍ਹਾਂ ਨਹੀਂ ਦੱਸਦੇ, ਪੂਰੀ ਖੁੱਲ੍ਹ ਕੇ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਡਿਸਕਸ ਨਹੀਂ ਕਰਦੇ ਵੱਡੇ ਬੱਚਿਆਂ ਨਾਲ ਵੀ, ਹੁਣ ਜਿਵੇਂ ਕੰਸਿਡਰ ਕਰ ਰਹੇ ਹਾਂ ਕਿ ਮੈਂ ਵੱਡਾ ਹਾਂ, ਫਿਰ ਵੀ ਮਦਰ, ਭਾਵੇਂ ਕਾਫੀ ਕੁਛ ਅਸੀਂ ਇੱਕ ਦੂਜੇ 'ਤੇ ਡਿਪੈਂਡ ਕਰਦੇ ਹਾਂ, ਫਿਰ ਵੀ ਮਦਰ ਕੁਛ ਹੈ ਜੋ ਓਲੇ ਰੱਖਦੀ ਹੈ ਮੇਰੇ ਤੋਂ, ਨਹੀਂ ਪੂਰਾ ਸ਼ੇਅਰ ਕਰਦੀ ਕਿ ਪੈਸੇ ਕਿੱਥੇ ਨੇ ਔਰ ਕੀ ਉਹਨਾਂ ਦੇ ਮਨ ਵਿੱਚ ਹੈ, ਮੇਰੇ ਵਾਸਤੇ ਕਿੰਨੇ ਹੈ, ਭੈਣ ਵਾਸਤੇ ਕਿੰਨੇ ਹੈ, ਤਾਂ ਕਿ ਮੈਂ ਆਪਣੀ ਲਾਈਫ ਉਸ ਹਿਸਾਬ ਨਾਲ ਚਲਾ ਸਕਾਂ। ਕੀ ਕਹੋਗੇ ਇਹਨਾਂ ਨੂੰ, ਤੁਹਾਡੇ ਵਿਚਾਰ ਵਿੱਚ, ਤੁਹਾਡੇ ਦਿਮਾਗ ਦੇ ਵਿੱਚ ਐਸੀ ਗੱਲ ਸੁਣ ਕੇ ਕੀ ਆਉਂਦਾ? ਆਫਕੋਰਸ ਕਲਚਰਲੀ ਸੈਂਸਿਟਿਵ ਹੋ ਕੇ ਅਸੀਂ ਇਹ ਵੀ ਸਮਝਦੇ ਹਾਂ ਕਿ ਇਹ ਕਹਿੰਦੇ ਨੇ ਇਹ ਬੜਾ ਓਪਨ ਕੁਐਸਚਨ ਹੈ, ਸ਼ਾਇਦ ਸਾਡੇ ਯੂ ਨੋ ਪੰਜਾਬੀ ਕਲਚਰ, ਸਿੱਖ ਕਲਚਰ, ਪੰਜਾਬੀ ਹਿੰਦੂ ਕਲਚਰ ਦੇ ਵਿੱਚ ਇੰਨਾ ਓਪਨ ਪੇਰੈਂਟਸ ਨੂੰ ਬੱਚੇ ਨਾ ਪੁੱਛ ਸਕਦੇ ਹੋਣ, ਕਿਉਂਕਿ ਉਹ ਇੱਕ ਤਰ੍ਹਾਂ ਨਾਲ ਇਹ ਜਿਹੜਾ ਕਹਿ ਲਓ ਕਿ ਪੈਸੇ ਦੀ ਗੱਲ ਕਰਨਾ, ਉੱਪਰੋਂ ਇੱਕ ਤਰ੍ਹਾਂ ਨਾਲ ਸੋਚਣਾ ਕਿ ਹਾਂ ਤੁਹਾਡੇ ਬਾਅਦ ਸਾਡੇ ਕੋਲ ਕੀ ਹੋਣਾ ਉਹਦੀ ਗੱਲ ਕਰਨਾ, ਇਜ਼ ਕੁਆਇਟ ਅ ਬਿਗ ਸਟਿਗਮਾ, ਬਟ ਇਹ ਕਹਿੰਦੇ ਨੇ ਕਿ ਐਸਾ ਕੁਛ ਨਹੀਂ ਹੈ, ਸਾਡੇ ਖੁੱਲ੍ਹਾ ਕਨਵਰਸੇਸ਼ਨ ਹੈ, ਬਿਲਕੁਲ ਕਮਿਊਨੀਕੇਸ਼ਨ ਬਹੁਤ ਅੱਛੀ ਹੈ, ਓਨਲੀ ਥਿੰਗ ਇਜ਼ ਕਿ ਮੈਂ ਉਹਨਾਂ ਨੂੰ ਪੁੱਛਦਾ ਵੀ ਹਾਂ, ਗੱਲ ਵੀ ਹੁੰਦੀ ਹੈ, ਪਰ ਉਹ ਨਹੀਂ ਪੂਰੀ ਤਰ੍ਹਾਂ ਮੈਨੂੰ ਹੱਥ ਪੱਲਾ ਨਹੀਂ ਪਕੜਾ ਰਹੇ, ਇਹ ਨਹੀਂ ਕਿ ਉਹ ਮੈਨੂੰ ਸਮਝਣਾ ਚਾਹੁੰਦਾ ਕਿ ਕਿਉਂ ਨਹੀਂ ਪਕੜਾਉਂਦੇ, ਉਹ ਕਹਿੰਦੇ ਆ ਤੇਰਾ ਹੀ ਹੈ, ਔਰ ਉਹਨਾਂ ਦੇ ਹਿਸਾਬ ਨਾਲ ਮੈਨੂੰ ਲੱਗਦਾ ਹੈ, ਇਹ ਕਹਿੰਦੇ ਨੇ ਕਿ ਮੇਰਾ ਅਤੇ ਮੇਰੀ ਭੈਣ ਦਾ ਇਕੁਅਲ ਹੋਣਾ ਚਾਹੀਦਾ, ਪਰ ਮੇਰੀ ਮਦਰ ਨੂੰ ਲੱਗਦਾ ਹੈ ਕਿ ਕਿਉਂਕਿ ਇਸ ਪਿੱਛੇ ਨਹੀਂ ਕਿ ਕੁੜੀ ਮੁੰਡਾ ਹੈਗਾ, ਇਸ ਪਿੱਛੇ ਕਿਉਂਕਿ ਇਹਨਾਂ ਨੇ ਸ਼ੁਰੂ ਤੋਂ ਜੋਬ ਕੀਤੀ ਹੈ ਔਰ ਥੋੜ੍ਹਾ ਕੰਟਰੀਬਿਊਟ ਕੀਤਾ ਉਸ ਜੋ ਵੀ ਇਹਨਾਂ ਕੋਲ ਹੈਗਾ, ਉਸ ਕਰਕੇ ਉਹਦਾ ਇਹਨਾਂ ਦਾ ਹੱਕ ਥੋੜ੍ਹਾ ਜ਼ਿਆਦਾ, ਬਟ
ਇਹ ਚੀਜ਼ ਕਿ ਐਗਜੈਕਟਲੀ ਕਿੰਨਾ ਹੈਗਾ, ਪ੍ਰੋਪਰਟੀ ਕਿੰਨੀ ਹੈ, ਹੁਣੇ ਹੀ ਉਹ ਕਹਿੰਦੇ ਨੇ ਕਿ ਦੇ ਕਿਉਂ ਨਹੀਂ ਦਿੰਦੇ, ਤਾਂ ਕਿ ਮੈਂ ਉਹਨੂੰ ਠੀਕ ਤਰ੍ਹਾਂ ਯੂਟੀਲਾਈਜ਼ ਕਰਕੇ ਆਪਣੇ ਬਿਜ਼ਨਸ 'ਚ ਲਗਾ ਕੇ ਹੋਰ ਵਧਾ ਸਕਾਂ, ਹੁਣ ਕਿਉਂ ਨਹੀਂ ਇਸ ਚੀਜ਼ ਦੇ ਬਾਰੇ ਦੱਸਦੇ? ਕੀ ਕਹੋਗੇ ਇਹਨਾਂ ਨੂੰ? ਜ਼ਰੂਰ ਜ਼ਰੂਰ ਕਾਲ ਕਰੋ, ਦੱਸੋ। ਇੰਟਰਸਟਿੰਗ ਸਵਾਲ ਹੈ ਔਰ ਡਿਫਰੈਂਟ ਪਰਸਪੈਕਟਿਵ ਸਾਡੇ ਸਾਹਮਣੇ ਆਇਆ, ਕਈ ਵਾਰੀ ਸਾਨੂੰ ਉਸ ਪਾਸੇ ਸ਼ਾਇਦ ਮੈਂ ਨਹੀਂ ਸੋਚਿਆ ਸੀ। ਜ਼ਰੂਰ ਕਾਲ ਕਰੋ। ਮੈਂ ਇੰਝ ਕਰਦੀ ਹਾਂ, ਇੱਕ ਛੋਟੀ ਜਿਹੀ ਲੈਂਦੀ ਹਾਂ ਬ੍ਰੇਕ, ਵਾਪਸ ਹਾਜ਼ਰ ਹੋਣੀ।